ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਕਾਂਗਰਸ ਨੂੰ 8 ਸੀਟਾਂ ਮਿਲੀਆਂ ਚੰਡੀਗੜ੍ਹ ਦੇ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਕਿਹਾ ਕਿ ਅਸੀਂ ਚੰਡੀਗੜ੍ਹ 'ਚ ਤੀਜੇ ਨੰਬਰ ਤੇ ਰਹੇ ਹਾਂ ਪਰ ਸਾਡੀਆਂ ਸੀਟਾਂ ਦੁੱਗਣੀਆਂ ਹੋ ਚੁੱਕੀਆਂ ਨੇ ਇੱਕ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਜੀ ਮੌਜੂਦ ਨੇ ਸਰ ਐਤਕੀ ਕਾਂਗਰਸ ਬੜੇ ਦਾਅਵੇ ਠੋਕ ਰਹੀ ਸੀ ਕਿ ਭਾਜਪਾ ਦੇ ਨਾਲ ਸਿੱਧੀ ਸਾਡੀ ਟੱਕਰ ਹੈ ਆਪ ਤਾਂ ਖੇਮੇ ਜੀ ਨਹੀਂ ਹੈਗੀ ਪਰ 8 ਹੀ ਸੀਟਾਂ ਤੇ ਸਿਮਟ ਕੇ ਰਹੇਗੀ ਕਿਵੇਂ ਦੇਖਦੇ ਹੋ ਨਹੀਂ ਐਸਾ ਨਹੀਂ ਹੈ ਇਲੈਕਸ਼ਨ ਕੈਂਪੇਨ ਦੇ ਦੌਰਾਨ ਸਪੀਚ ਕਰਦੇ ਹਾਂ ਇਹ ਕਈ ਵਾਰੀ ਗੱਲਾਂ ਕਹਿ ਦਿੰਦੇ ਆ ਮੈਂ ਤਾਂ ਆਪਣੀ ਸਪੀਚ 'ਚ ਕਦੇ ਵੀ ਨਹੀਂ ਕਿਹਾ ਕਿ ਕਾਂਗਰਸ 35 ਸੀਟਾਂ ਜਿੱਤ ਰਹੀ ਹੈ ਜਦ ਕਿ ਭਾਜਪਾ ਦੇ ਪ੍ਰਧਾਨਤਾ ਬਾਰ-ਬਾਰ ਕਹਿੰਦੇ ਸੀ 35 ਜਾਂ 35 ਆਵਾਂਗੇ ਸਾਡਾ ਤਾਂ ਰਿਜ਼ਲਟ ਉਹਨਾਂ ਨਾਲ ਭਾਜਪਾ ਨਾਲ ਬਹੁਤ ਵਧੀਆ ਰਿਹਾ ਅਸੀਂ ਦਾ ਪਿਛਲੇ ਵਾਰੀ 4 ਸੀਗੇ ਹੁਣ 8 ਹੋ ਗਏ ਆ ਵੋਟ ਸ਼ੇਅਰ ਸਾਡਾ ਸਭ ਤੋਂ ਜ਼ਿਆਦਾ ਤਿੰਨਾਂ ਪਾਰਟੀਆਂ ਦੇ ਵਿੱਚੋਂ ਪਰ ਲੋਕਤੰਤਰ ਹੈ ਸਿਸਟਮ ਹੈ ਸਾਡਾ ਜਿਹਨੂੰ ਸੀਟਾਂ ਵੱਧ ਮਿਲ ਜਾਂਦੀਆਂ ਨੰਬਰ ਉਹਨਾਂ ਦਾ ਗਿਣਿਆ ਜਾਂਦਾ ਇਸ ਕਰਕੇ ਅੱਜ ਨੰਬਰ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਨੂੰ ਕਹਿ ਸਕਦੇ ਆ ਕਿ ਜੀਨਰ ਹੈ ਦੇਖਿਆ ਜਾਏ ਤਾਂ ਹੁਣ ਅਗਰ ਕਾਂਗਰਸ ਦੀ ਗੱਲ ਕਰ ਲਈਤੀ ਜਾਏ ਤਾਂ ਇੱਕ ਬਦਲ ਹੋਰ ਜਿਹੜਾ ਲੋਕਾਂ ਨੂੰ ਮਿਲ ਗਿਆ ਆਮ ਆਦਮੀ ਪਾਰਟੀ ਵਜੋਂ ਨਹੀਂ ਤਾਂ ਪਹਿਲਾਂ ਜਾਂ ਭਾਜਪਾ ਹੁੰਦੀ ਸੀ ਜਾਂ ਕਾਂਗਰਸ ਹੁੰਦੀ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਆਪ ਨੇ ਇਹ ਜਿੱਤ ਹਾਸਲ ਕੀਤੀ ਹੈ ਚੰਡੀਗੜ੍ਹ ਦੇ ਵਿੱਚ 14 ਸੀਟਾਂ ਲੈ ਗਈ ਹੈ ਉਹ ਉਸ ਦੇ ਲਾਇਕ ਸੀ ਹਿੰਦੁਸਤਾਨ ਦੇ ਵੋਟਰ ਦੀ ਸੋਚ ਜਿਹੜੀ ਹੈ ਉਹ ਦੂਜੇ ਦੇਸ਼ਾਂ ਦੇ ਵੋਟਰਾਂ ਨਾਲੋਂ ਲੱਗ ਹੈ 2014 ਦੇ ਵਿੱਚ ਜਦੋਂ ਕਿਰਨ ਖੇਰਜੀ ਚੰਡੀਗੜ੍ਹੋਂ ਜਿੱਤੇ ਇਹੀ ਹਾਲ ਸੀਗਾ ਉਦੋਂ મોદી ਮੋਦੀ ਮੋਦੀ ਕਰਤੀ ਲੋਕਾਂ ਨੇ ਦੇਖਿਆ ਹੀ ਨਹੀਂ ਕਿ ਵੀ ਕੌਣ ਆ ਰਿਹਾ ਇੱਕ ਫਿਲਮ ਐਕਟਰ ਆਈ ਚੰਡੀਗੜ੍ਹ ਚ ਆਈ ਉਹਨਾਂ ਨੇ ਆ ਕੇ ਇਲੈਕਸ਼ਨ ਲੜਿਆ ਜਿੱਤ ਗਏ ਇਦਾਂ ਹੀ ਇਸ ਵਾਰੀ ਹੋਇਆ ਇਹ ਇੱਕ ਇਹਨੂੰ ਇਹ ਕਹਿ ਲਓ ਲੋਕਾਂ ਦੇ ਵਿੱਚ ਸ਼ਾਇਦ ਹਮੇਸ਼ਾ ਕਿਛਾ ਰਹੀ ਹੈ ਕਿ ਬਦਲਾਅ ਕਰਕੇ ਦੇਖੀਏ ਬਦਲਾਅ ਕਈ ਵਾਰੀ ਚੰਗੇ ਲਈ ਹੁੰਦਾ ਕੇਵਰੀ ਮਾੜੇ ਚ ਹੁੰਦਾ ਨਾ મોદી ਲਈ ਤਾਂ ਬਦਲਾਅ ਕੀਤਾ ਸੀ ਨਾ ਕਾਂਗਰਸ ਦੇ ਦੇਸ਼ ਲਈ ਕੋਈ ਚੰਗਾ ਹੋਇਆ ਕੀ ਹਾਲ ਹੋਇਆ ਦੇਸ਼ ਦਾ ਅਗਰ ਅੱਜ ਇਹ ਸਿਲੈਕਸ਼ਨ ਦਾ ਤੁਸੀਂ ਰਿਜ਼ਲਟ ਦੇਖੋ ਪਿਛਲੀ ਵਾਰੀ 26 ਸੀਟਾਂ ਦੇ ਇਲੈਕਸ਼ਨ ਹੋਇਆ ਸੀ ਬੀਜੇਪੀ ਨੂੰ 21 ਸੀਟਾਂ ਮਿਲੀਆਂ ਸੀ ਉਸ ਹਿਸਾਬ ਨਾਲ ਹੁਣ 35 ਹੋ ਗਈਆਂ 35 ਦੇ ਹਿਸਾਬ ਨਾਲ ਜੇ ਉਹ ਰੇਸ਼ਿਓ ਨੂੰ ਕੱਢੀ ਤਾਂ 28 ਸੀਟਾਂ ਬੀਜੇਪੀ ਨੂੰ ਮਿਲਣੀਆਂ ਚਾਹੀਦੀਆਂ ਸੀ ਉਹਨੂੰ ਕਿੰਨੀਆਂ ਮਿਲੀਆਂ 12 ਜਿਹੜੀ ਪਾਰਟੀ 2.5 ਸਾਲ ਪਹਿਲਾਂ મોદી ਦੇ ਨਾਂ ਦੇ ਉੱਤੇ ਇੰਨੀਆਂ ਸੀਟਾਂ ਲੈ ਗਈ ਹੈ ਜੀ ਇੱਕਦਮ 12 ਤੇ ਆ ਗਈ ਕਾਂਗਰਸ ਨੇ ਕੋਈ ਮਾੜਾ ਪਰਫਾਰਮ ਨਹੀਂ ਕੀਤਾ ਠੀਕ ਹੈ ਸਾਨੂੰ ਥੋੜਾ ਜਿਹਾ ਦੁੱਖ ਇਸ ਗੱਲ ਦਾ ਹੈ ਅਸੀਂ ਇਹ ਲੱਗ ਰਿਹਾ ਸੀ ਸਾਨੂੰ ਕਿ ਬੀਜੇਪੀ ਨੂੰ ਅਸੀਂ ਰਿਪਲੇਸ ਕਰਾਂਗੇ ਅਸੀਂ ਨਹੀਂ ਕੀਤਾ ਆਵਾਜ਼ੀ ਪਾਰਟੀ ਨੇ ਕਰ ਲਿਆ ਪਰ ਮੇਜਰ ਲੂਜ਼ਰ ਤਾਂ ਬੀਜੇਪੀ ਹੋਈ ਹੈ ਕਾਂਗਰਸ ਕਿੱਥੇ ਲੂਜ਼ ਕੀਤੀ ਹੈ ਕੈਮਰਾਮੈਨ ਪਰਮੋਦ ਮੇਗੀ ਦੇ ਨਾਲ ਮਹਿਰ ਸਿਮਰਤ ਪਾਲ ਚੜਨੀਕਰ ਦੀ ਮੀਡੀਆ